ਸਾਦਤ ਹਸਨ ਮੰਟੋ ਦੀ ਕਹਾਣੀ ਬਦਤਮੀਜ਼ ਦਾ ਬਾਕੀ ਦਾ ਭਾਗ। ਮੈਂ ਜੋਸ਼ ਦੇ ਨਾਲ ਕਿਹਾ, ਮੰਨਦਾ ਹਾਂ ਕਿ ਕਾਰਲ ਮਾਰਕਸ ਦੇ ਨਾਲ ਸਾਰੀ ਉਮਰ ਲੜਨ ਦੇ ਬਾਵਜੂਦ ਬਾਕੂਨਿਨ ਕਿਸੇ ਸਹਿਮਤੀ ਦੇ ਨੁਕਤੇ 'ਤੇ ਨਹੀਂ ਪਹੁੰਚ ਸਕਿਆ ਅਤੇ ਆਪਣੀ ਇਮਾਨਦਾਰੀ ਦੇ ਬਾਵਜੂਦ ਕਿਸੇ ਤਰਕ ਸੰਗਤ ਅਤੇ ਪ੍ਰਣਾਲੀਬੱਧ ਫਲਸਫੇ ਦੀ ਬੁਨਿਆਦ ਨਹੀਂ ਰੱਖ ਸਕਿਆ। ਪਰ ਉਹਦਾ ਇਹ ਕਹਿਣਾ ਝੂਠ ਨਹੀਂ ਕਿ ਡੈਮੋਕ੍ਰੇਸੀ ਵੀ ਇੱਕ ਵੱਡੀ ਜਮਾਤ ਅਤੇ ਦੂਜੀ ਛੋਟੀ ਜਮਾਤ ਉੱਤੇ ਜਾਬਰਾਨਾ ਹਕੂਮਤੀ ਪ੍ਰਬੰਧ ਦਾ ਨਾਮ ਹੈ। ਮੈਂ ਸਿਆਸਤ ਦੇ ਅਜਿਹੇ ਦੌਰ ਦਾ ਕਾਇਲ ਹਾਂ ਜਿਹਦਾ ਸਮਾਜ ਹਰ ਕਿਸਮ ਦੀ ਹਕੂਮਤ ਅਤੇ ਦਬਾਓ ਤੋਂ ਆਜ਼ਾਦ ਹੋਵੇ। ਇੱਜ਼ਤ ਜਹਾਂ ਮੁਸਕਰਾਈ ਤਾਂ ਤੁਸੀਂ ਅਨਾਰਕਿਜ਼ਮ ਚਾਹੁੰਦੇ ਹੋ ਜੋ ਇੱਕ ਨਾ ਅਮਲ ਕਰਨ ਯੋਗ ਚੀਜ਼ ਹੈ। ਤੁਹਾਡਾ ਬਾਕੂਨਿਨ ਅਤੇ ਕ੍ਰੋਪੋਟਕਿਨ ਦੋਵੇਂ ਮਿਲ ਕੇ ਇਹਨੂੰ ਕਬੂਲ ਕਰਨ ਯੋਗ ਨਹੀਂ ਬਣਾ ਸਕਦੇ। ਮੈਂ ਉਹਦੀ ਗੱਲ ਕੱਟ ਕੇ ਕਿਹਾ, ਕੈਮਿਊਨਿਜ਼ਮ ਦੇ ਕੋਲ ਵੀ ਕੋਈ ਅਮਲ ਕਰਨ ਯੋਗ ਫਲਸਫਾ ਨਹੀਂ ਸੀ। ਲੋਕ ਉਹਨੂੰ ਦੀਵਾਨਿਆਂ ਦਾ ਇੱਕ ਧੁੰਦਲਾ ਜਿਹਾ ਖਾਬ ਸਮਝਦੇ ਸੀ, ਪਰ 19ਵੀਂ ਸਦੀ 'ਚ ਕਾਰਲ ਮਾਰਕਸ ਨੇ ਇਹਨੂੰ ਇੱਕ ਅਮਲ ਕਰਨ ਯੋਗ ਆਰਥਿਕ ਪ੍ਰਬੰਧ ਦੀ ਸੂਰਤ ਵਿੱਚ ਪੇਸ਼ ਕੀਤਾ। ਮੁਮਕਿਨ ਹੈ ਅਨਾਰਕਿਜ਼ਮ ਨੂੰ ਵੀ ਕੋਈ ਕਾਰਲ ਮਾਰਕਸ ਮਿਲ ਜਾਏ। ਇੱਜ਼ਤ ਜਹਾਂ ਨੇ ਬੰਦ ਦਰਵਾਜ਼ੇ ਵੱਲ ਵੇਖਿਆ ਅਤੇ ਜਿਵੇਂ ਉਹਨੇ ਮੇਰੀ ਗੱਲ ਸੁਣੀ ਨਹੀਂ। ਮੈਨੂੰ ਪੁੱਛਿਆ, ਤੁਹਾਡੇ ਦੋਸਤ ਵਾਅਦਾ ਕਰਕੇ ਗਏ ਸੀ, ਅਜੇ ਆਏ ਨਹੀਂ? ਮੈਂ ਬਿਹਤਰ ਸਮਝਿਆ ਕਿ ਉਹਨੂੰ ਸਭ ਕੁਝ ਦੱਸ ਦੇਵਾਂ। ਉਹਨਾਂ ਨੇ ਤਕੱਲਫ ਵਰਤਿਆ ਸੀ, ਵਰਨਾ ਉਹਨਾਂ ਦਾ ਮਕਸਦ ਇਹੀ ਸੀ ਕਿ ਉਹ ਨਹੀਂ ਆਉਣਗੇ। ਇੱਜ਼ਤ ਜਹਾਂ ਨੇ ਬੜੇ ਭੋਲੇਪਣ ਨਾਲ ਕਿਹਾ, ਕਿਉਂ? ਮੈਂ ਨਾਸਰ ਵੱਲ ਵੇਖ ਕੇ ਮੁਸਕਰਾਇਆ, ਜੋ ਹੁਣ ਸਾਡੀਆਂ ਗੱਲਾਂ 'ਚ ਦਿਲਚਸਪੀ ਲੈਣ ਲੱਗ ਗਿਆ ਸੀ। ਦੋ ਲੜਕੀਆਂ ਉਹਦੇ ਨਾਲ ਹਨ, ਉਹਨਾਂ ਨੂੰ ਛੱਡ ਕੇ ਉਹ ਐਸੀ ਖੁਸ਼ਕ ਮਹਿਫਿਲ 'ਚ ਕਿਵੇਂ ਆ ਸਕਦਾ? ਇੱਜ਼ਤ ਨੇ ਇਹ ਸੁਣ ਕੇ ਮੈਨੂੰ ਪੁੱਛਿਆ, ਦੋ ਲੜਕੀਆਂ ਫਿਲਮ ਐਕਟਰੈਸ ਹਨ? ਜੀ ਨਹੀਂ। ਦੋਸਤ ਹੋਣਗੀਆਂ? ਜੀ ਨਹੀਂ, ਅੱਜ ਹੀ ਜਾਣ ਪਛਾਣ ਹੋਈ ਹੈ। ਇਸ ਦੇ ਬਾਅਦ ਹੌਲੀ ਹੌਲੀ ਮੈਂ ਸਾਰੀ ਗੱਲ ਦੱਸ ਦਿੱਤੀ ਅਤੇ ਕਾਮੁਕਤਾ ਬਾਰੇ ਆਪਣੇ ਦੋਸਤ ਦਾ ਨਜ਼ਰੀਆ ਵੀ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤਾ। ਬੜੀ ਗੌਰ ਨਾਲ ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਉਹਨੇ ਫਤਵਾ ਦੇਣ ਦੇ ਅੰਦਾਜ਼ ਨਾਲ ਕਿਹਾ, ਇਹ ਅਨਾਰਕਿਜ਼ਮ ਦੀ ਬਦਤਰੀਨ ਕਿਸਮ ਹੈ। ਤੁਹਾਡੇ ਦੋਸਤ ਦੇ ਖਿਆਲ ਜੇਕਰ ਆਮ ਹੋ ਜਾਣ ਤਾਂ ਦੁਨੀਆ 'ਚ ਇੱਕ ਹਨੇਰ ਮੱਚ ਜਾਏ। ਔਰਤ ਅਤੇ ਮਰਦ ਦੇ ਸੰਬੰਧ ਸਿਰਫ ਬਿਸਤਰ ਤੱਕ ਮਹਿਦੂਦ ਹੋ ਜਾਣ, ਹੋਰ ਕੀ? ਇਹ ਤੁਹਾਡੇ ਦੋਸਤ ਜੋ ਕੋਈ ਵੀ ਹਨ, ਇਹ ਔਰਤ ਨੂੰ ਕੀ ਸਮਝਦੇ ਹਨ? ਡਬਲ ਰੋਟੀ, ਕੇਕ ਜਾਂ ਬਿਸਕਿਟ, ਜ਼ਿਆਦਾ ਤੋਂ ਜ਼ਿਆਦਾ ਕੌਫੀ ਜਾਂ ਚਾਹ ਦੀ ਇੱਕ ਗਰਮ ਪਿਆਲੀ ਪੀਤੀ ਅਤੇ ਜੂਠੇ ਭਾਂਡਿਆਂ 'ਚ ਸੁੱਟ ਦਿੱਤੀ। ਲਾਹਨਤ ਹੈ ਅਜਿਹੀਆਂ ਔਰਤਾਂ ਉੱਤੇ ਜੋ ਇਹ ਜ਼ਿਲਤ ਬਰਦਾਸ਼ਤ ਕਰ ਲੈਂਦੀਆਂ। ਮੇਰੀ ਸਮਝ 'ਚ ਨਹੀਂ ਆਉਂਦਾ ਕਿ ਜ਼ਿੰਦਗੀ 'ਚ ਕਾਮੁਕਤਾ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ ਕਿ ਤੁਹਾਡੇ ਦੋਸਤ ਵੀ ਬਗੈਰ ਔਰਤ ਦੇ ਜ਼ਿੰਦਾ ਨਹੀਂ ਰਹਿ ਸਕਦੇ। ਉਹਨਾਂ ਨੂੰ ਹਰ ਰੋਜ਼ ਔਰਤ ਦੀ ਜ਼ਰੂਰਤ ਕਿਉਂ ਮਹਿਸੂਸ ਹੁੰਦੀ ਹੈ? ਮੈਂ ਆਪਣੇ ਜ਼ਾਤੀ ਖਿਆਲ ਦਾ ਪ੍ਰਗਟਾਵਾ ਕੀਤਾ। ਔਰਤ ਦੀ ਜ਼ਰੂਰਤ ਹਰ ਮਰਦ ਨੂੰ ਔਰਤ ਦੇ ਇੱਕ ਖਾਸ ਹਿੱਸੇ 'ਚ ਮਹਿਸੂਸ ਹੁੰਦੀ ਹੈ। ਇਹਨੂੰ ਕੁਝ ਜ਼ਿਆਦਾ ਅਹਿਮੀਅਤ ਦਿੰਦੇ ਹਨ, ਕੁਝ ਘੱਟ। ਮੇਰਾ ਦੋਸਤ ਉਹਨਾਂ ਲੋਕਾਂ 'ਚੋਂ ਹੈ ਜੋ ਇਹਨੂੰ ਰੋਜ਼ਮਰ੍ਰਾ ਮਰਦ ਦੀ ਇੱਕ ਜ਼ਰੂਰਤ ਸਮਝਦੇ ਹਨ। ਜੇਕਰ ਖਾਣਾ ਪੀਣਾ ਸੌਣਾ ਅਹਿਮ ਹੈ ਤਾਂ ਇਹਦੇ ਨਾਲ ਔਰਤ ਵੀ ਉਨੀ ਅਹਿਮ ਅਤੇ ਜ਼ਰੂਰੀ ਹੈ। ਹੋ ਸਕਦਾ ਹੈ ਕਿ ਉਹ ਗਲਤੀ 'ਤੇ ਹੋਏ, ਪਰ ਉਹਨੇ ਆਪਣੀ ਇਸ ਕਮਜ਼ੋਰੀ ਦੀ ਕਦੇ ਪਰਦਾਪੋਸ਼ੀ ਨਹੀਂ ਕੀਤੀ। ਇੱਜ਼ਤ ਜਹਾਂ ਦੇ ਲਹਿਜੇ 'ਚ ਹੋਰ ਜ਼ਿਆਦਾ ਤਲਖੀ ਪੈਦਾ ਹੋ ਗਈ। ਪਰਦਾਪੋਸ਼ੀ ਨਹੀਂ ਕੀਤੀ ਤਾਂ ਇਹਦੇ ਇਹ ਮਾਣੇ ਹੋਏ ਕਿ ਉਹ ਰਸਤੇ ਉੱਤੇ ਹਨ, ਬੇਸਵਾਵਾਂ ਖੁੱਲ੍ਹੇਆਮ ਆਪਣਾ ਜਿਸਮ ਵੇਚਦੀਆਂ ਹਨ। ਇਹਦਾ ਮਤਲਬ ਨਹੀਂ ਕਿ ਉਹਨਾਂ ਦਾ ਵਜੂਦ ਕੁਦਰਤੀ ਹੈ, ਹਾਲਾਂਕਿ ਸਾਡਾ ਨਿਜ਼ਾਮ ਬਿਲਕੁਲ ਗਲਤ ਅਤੇ ਗੈਰ ਕੁਦਰਤੀ ਹੈ। ਇਸ ਲਈ ਸਾਨੂੰ ਇਹ ਚੱਕਲੇ ਨਜ਼ਰ ਆਉਂਦੇ ਹਨ ਕਿਉਂਕਿ ਤੁਹਾਡੇ ਦੋਸਤ ਦੀ ਤੰਤੂ ਪ੍ਰਣਾਲੀ ਤੰਦਰੁਸਤ ਨਹੀਂ। ਇਹੀ ਵਜ੍ਹਾ ਕਿ ਔਰਤ ਅਤੇ ਰੋਟੀ 'ਚ ਕੋਈ ਫਰਕ ਨਹੀਂ ਸਮਝਦੇ। ਰੋਟੀ ਦੇ ਬਿਨਾਂ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ, ਪਰ ਇਸ ਜਿਸਮਾਨੀ ਤਾਲੁਕ ਦੇ ਬਿਨਾਂ ਯਕੀਨਨ ਜ਼ਿੰਦਾ ਰਹਿ ਸਕਦਾ। ਮੈਂ ਕਿਹਾ, ਜੀ ਹਾਂ, ਜ਼ਿੰਦਾ ਰਹਿ ਸਕਦਾ। ਇਸ 'ਚ ਜ਼ਿੰਦਗੀ ਅਤੇ ਮੌਤ ਦਾ ਸਵਾਲ ਕਿੱਥੇ ਪੈਦਾ ਹੁੰਦਾ?
ਹਰ ਮਰਦ ਨੂੰ ਔਰਤ ਨਸੀਬ ਨਹੀਂ ਹੋ ਸਕਦੀ, ਪਰ ਜਿਹਨੂੰ ਹੋ ਸਕਦੀ ਹੈ ਉਹਨੂੰ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ 'ਚ ਸ਼ਾਮਲ ਕਰ ਲੈਂਦਾ। ਨਾਸਿਰ ਨੂੰ ਹੁਣ ਇਸ ਗੱਲਬਾਤ 'ਚ ਕੋਈ ਦਿਲਚਸਪੀ ਨਹੀਂ ਰਹੀ ਸੀ, ਇਸ ਲਈ ਉਹਨੇ ਆਪਣੀ ਬੇਜਾਰੀ ਦਾ ਪ੍ਰਗਟਾਵਾ ਕਰ ਹੀ ਦਿੱਤਾ। ਛੱਡੋ ਯਾਰ ਇਸ ਕਿੱਸੇ ਨੂੰ, ਬਹੁਤ ਵਕਤ ਹੋ ਗਿਆ, ਅਸੀਂ ਇੱਥੋਂ ਪੂਰੇ 19 ਮੀਲ ਦੂਰ ਜਾਣਾ। ਚਲੋ ਇੱਜ਼ਤ ਚੱਲੀਏ। ਇੱਜ਼ਤ ਨੇ ਆਪਣੇ ਖਾਵਨ ਦੀ ਗੱਲ ਸੁਣੀ ਅਣਸੁਣੀ ਕਰ ਦਿੱਤੀ। ਮੈਨੂੰ ਕਿਹਾ, ਕੁਝ ਵੀ ਹੋਵੇ ਪਰ ਤੁਹਾਡੇ ਦੋਸਤ ਅਸਲ 'ਚ ਬਹੁਤ ਬਦਤਮੀਜ਼ ਹਨ। ਬਈ ਇੰਨਾ ਵੀ ਕੀ ਕਿ ਇੱਥੇ ਅਸੀਂ 3 ਆਦਮੀ ਬੈਠੇ ਹਾਂ ਅਤੇ ਤੁਸੀਂ ਦੂਜੇ ਕਮਰੇ 'ਚ? ਲਾਹੌਲ ਵਿਲਾ ਕੁਬਤ। ਨਾਸਰ ਨੂੰ ਨੀਂਦ ਆ ਰਹੀ ਸੀ। ਅਰੇ ਭਾਈ, ਖੁਦਾ ਦੇ ਵਾਸਤੇ ਹੁਣ ਇਸ ਸਿਲਸਿਲੇ ਨੂੰ ਖਤਮ ਕਰੋ, ਚਲੀਏ। ਇੱਜ਼ਤ ਖਿੱਚ ਗਈ। ਅਰੇ ਵਾਹ, ਅਰੇ ਵਾਹ, ਇਹ ਤਾਂ ਹੌਲੀ ਹੌਲੀ ਮੇਰੇ ਖਾਵਨ ਦੀ ਬਣ ਬੈਠੇ। ਇਹ ਸੁਣ ਕੇ ਮੈਨੂੰ ਆਪ ਮੁਹਾਰੇ ਹਾਸੀ ਆ ਗਈ। ਨਾਸਰ ਵੀ ਹੱਸ ਪਿਆ। ਅਸੀਂ ਦੋਵੇਂ ਹੱਸੇ ਤਾਂ ਇੱਜ਼ਤ ਜਹਾਂ ਦੇ ਹੋਠਾਂ 'ਤੇ ਵੀ ਮੁਸਕਰਾਹਟ ਆ ਗਈ। ਹੋਰ ਕੀ, ਇਹ ਹੌਲੀ ਹੌਲੀ ਖਾਵੰਦ ਬਣਨਾ ਹੀ ਤਾਂ ਹੈ, ਯਾਨੀ ਮੇਰੇ ਉੱਤੇ ਰੋਹਬ ਜਮਾਇਆ ਜਾ ਰਿਹਾ। ਇਸ ਤੋਂ ਬਾਅਦ ਨਾਸਿਰ ਅਤੇ ਇੱਜ਼ਤ ਥੋੜ੍ਹੀ ਦੇਰ ਹੋਰ ਬੈਠੇ 'ਚ ਚਲੇ ਗਏ। ਪਹਿਲੀ ਮੁਲਾਕਾਤ ਖਾਸੀ ਦਿਲਚਸਪ ਰਹੀ। ਹਿੰਦੁਸਤਾਨ ਦੀ ਕਮਿਊਨਿਸਟ ਤਹਿਰੀਕ ਦੇ ਬਾਰੇ ਚਾਹੇ ਮੈਂ ਇੱਜ਼ਤ ਜਹਾਂ ਨਾਲ ਵਿਸਥਾਰ ਸਹਿਤ ਚਰਚਾ ਨਾ ਕਰ ਸਕਿਆ, ਫਿਰ ਵੀ ਉਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਂ ਸੋਚਿਆ ਕਿ ਅਗਲੀਆਂ ਮੁਲਾਕਾਤਾਂ ਬਹੁਤ ਹੀ ਚਿੰਤਨਸ਼ੀਲ ਹੋਣਗੀਆਂ। ਮੈਂ ਆਪਣਾ ਫਲੈਟ ਲੈ ਲਿਆ, ਦਿੱਲੀ ਤੋਂ ਪਤਨੀ ਵੀ ਆ ਗਈ ਅਤੇ ਇੱਜ਼ਤ ਇੱਕ ਵਾਰ ਫਿਰ ਆਈ। ਦੋਵੇਂ ਪਹਿਲੀ ਮੁਲਾਕਾਤ 'ਚ ਸਹੇਲੀਆਂ ਬਣ ਗਈਆਂ। ਹਾਲਾਂਕਿ ਇੱਜ਼ਤ ਜਹਾਂ ਨੂੰ ਹਰ ਰੋਜ਼ ਆਪਣੇ ਦਫ਼ਤਰ ਜਾਣ ਲਈ ਸ਼ਹਿਰ ਆਉਣਾ ਪੈਂਦਾ ਸੀ, ਇਸ ਲਈ ਸ਼ਾਮ ਨੂੰ ਘਰ ਪਰਤਦੇ ਹੋਏ ਅਕਸਰ ਸਾਡੇ ਆ ਜਾਂਦੀ ਸੀ। ਮੈਂ ਚਾਹੁੰਦਾ ਸੀ ਉਹ ਮੇਰੇ ਕੋਲ ਬੈਠੇ ਅਸੀਂ ਹੀਗਲ, ਕਾਰਲ ਮਾਰਕਸ, ਏਂਜਲ, ਬਾਕੁਨਿਨ, ਕ੍ਰੋਪਟਕਿਨ, ਟ੍ਰਾਟਸਕੀ ਦੇ ਬਾਰੇ ਗੱਲਾਂ ਕਰੀਏ ਅਤੇ ਸੋਸ਼ਲਿਜ਼ਮ ਦੇ ਹਰ ਦੌਰ ਨੂੰ ਸਾਹਮਣੇ ਰੱਖ ਕੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰੀਏ। ਪਰ ਮੇਰੀ ਪਤਨੀ ਅਤੇ ਉਹ ਦੋਵੇਂ ਦੂਜੇ ਕਮਰੇ 'ਚ ਜਾ ਕੇ ਪਲੰਘ 'ਤੇ ਲੇਟ ਜਾਂਦੀਆਂ, ਪਤਾ ਨਹੀਂ ਕੀ ਕੀ ਗੱਲਾਂ ਸ਼ੁਰੂ ਕਰ ਦਿੰਦੀਆਂ ਸੀ। ਅਤੇ ਜੇਕਰ ਕਦੇ ਮੈਂ ਸੋਸ਼ਲਿਜ਼ਮ ਬਾਰੇ ਸਟਾਲਿਨ ਦੀ ਮੌਜੂਦਾ ਜੰਗੀ ਪਾਲਿਸੀ ਦੇ ਅਸਰ ਦਾ ਜ਼ਿਕਰ ਛੇੜਦਾ ਤਾਂ ਮੇਰੀ ਪਤਨੀ ਤੋਂ ਸਫੈਦ ਉੱਨ ਦਾ ਭਾਅ ਪੁੱਛਣਾ ਸ਼ੁਰੂ ਕਰ ਦਿੰਦੀ। ਜੇਕਰ ਮੈਂ MN ਰਾਏ ਦੀ ਰਿਆਕਾਰੀ ਦੀ ਗੱਲ ਕਰਦਾ ਤਾਂ ਉਹ ਖਾਨਦਾਨ ਫਿਲਮ ਦੇ ਕਿਸੇ ਗੀਤ ਦੀ ਤਾਰੀਫ ਸ਼ੁਰੂ ਕਰ ਦਿੰਦੀ। ਜੇਕਰ ਉਹਨੂੰ ਆਪਣੇ ਕੋਲ ਬਿਠਾ ਕੇ ਰੂਸ ਦੇ ਮੌਜੂਦਾ ਜੰਗੀ ਨਿਜ਼ਾਮ ਬਾਰੇ ਗੱਲਬਾਤ ਕਰਨ 'ਚ ਕਾਮਯਾਬ ਹੋ ਜਾਂਦਾ ਤਾਂ ਥੋੜ੍ਹੀ ਦੇਰ ਤੋਂ ਬਾਅਦ ਹੀ ਉੱਠ ਕੇ ਰਸੋਈ 'ਚ ਚਲੀ ਜਾਂਦੀ, ਮੇਰੀ ਪਤਨੀ ਦਾ ਹੱਥ ਵਟਾਉਣ ਦੀ ਖਾਤਰ ਪਿਆਜ਼ ਛਿੱਲਣ 'ਚ ਰੁੱਝ ਜਾਂਦੀ। ਦਿਨ ਭਰ ਉਹ ਪਾਰਟੀ ਦੇ ਦਫ਼ਤਰ 'ਚ ਕੰਮ ਕਰਦੀ ਸੀ, ਸ਼ਾਮ ਨੂੰ ਥੱਕੀ ਘਰ ਪੁੱਜਦੀ ਜੋ ਦਫ਼ਤਰ ਤੋਂ 20-25 ਮੀਲ ਦੂਰ ਸੀ। ਇਲੈਕਟ੍ਰਿਕ ਟ੍ਰੇਨ 'ਚ 1-1 ਘੰਟੇ ਦਾ ਸਫ਼ਰ ਉਹਨੂੰ ਦਿਨ 'ਚ 2 ਵਾਰ ਕਰਨਾ ਪੈਂਦਾ ਸੀ। ਆਉਂਦੇ ਜਾਂਦੇ ਹੋਏ ਉਹਦਾ ਖਾਵੰਦ ਮਿਲ 'ਚ ਮੁਲਾਜ਼ਮ ਸੀ, ਮਹੀਨੇ 'ਚ 15 ਦਿਨ ਉਹਨੂੰ ਰਾਤ ਦੀ ਡਿਊਟੀ ਕਰਨੀ ਪੈਂਦੀ ਸੀ, ਪਰ ਇੱਜ਼ਤ ਖੁਸ਼ ਸੀ। ਮੇਰੀ ਪਤਨੀ ਮੈਨੂੰ ਕਈ ਵਾਰ ਕਹਿ ਚੁੱਕੀ ਸੀ, ਵਿਆਹ ਦਾ ਮਤਲਬ ਸਿਰਫ ਬਿਸਤਰ ਨਹੀਂ ਅਤੇ ਖਾਵਨ ਦਾ ਮਤਲਬ ਸਿਰਫ ਰਾਤ ਦਾ ਸਾਥੀ ਨਹੀਂ। ਦੁਨੀਆਂ 'ਚ ਇਨਸਾਨ ਸਿਰਫ ਇਸ ਕੰਮ ਲਈ ਨਹੀਂ ਭੇਜਿਆ, ਅਤੇ ਮੇਰੀ ਪਤਨੀ ਉਹਦੀ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਸੀ। ਇੱਜ਼ਤ ਜਹਾਂ ਆਪਣਾ ਕੰਮ ਬਹੁਤ ਲਗਨ ਨਾਲ ਕਰ ਰਹੀ ਸੀ, ਇਹੀ ਵਜ੍ਹਾ ਹੈ ਕਿ ਮੈਨੂੰ ਉਹਦੀ ਬੇਰੁਖੀ ਬੁਰੀ ਨਹੀਂ ਲੱਗਦੀ ਸੀ। ਉਹ ਮੇਰੇ ਨਾਲੋਂ ਜ਼ਿਆਦਾ ਮੇਰੀ ਪਤਨੀ ਦੇ ਕੋਲ ਬੈਠਣਾ, ਉਹ ਨਾਲ ਗੱਲਬਾਤ ਕਰਨਾ ਪਸੰਦ ਕਰਦੀ ਸੀ। ਮੈਨੂੰ ਇਹਦੀ ਉੱਕਾ ਪਰਵਾਹ ਨਹੀਂ ਸੀ, ਸਗੋਂ ਮੈਂ ਸੋਚ ਰਿਹਾ ਸੀ ਕਿ ਬਹੁਤ ਛੇਤੀ ਮੇਰੀ ਪਤਨੀ ਨੂੰ, ਜੋ ਦਰਮਿਆਨੇ ਤਬਕੇ ਦੇ ਸਰਮਾਏਦਾਰਾਂ ਦੀ ਮਾਨਸਿਕਤਾ ਰੱਖਦੀ ਸੀ, ਆਪਣਾ ਹਮ ਖਿਆਲ ਬਣਾ ਲਏਗੀ। ਇੱਕ ਦਿਨ ਦਾ ਜ਼ਿਕਰ ਹੈ, ਮੈਂ ਆਪਣੇ ਦਫ਼ਤਰ ਤੋਂ ਛੇਤੀ ਵਾਪਸ ਆ ਗਿਆ, ਸ਼ਾਇਦ 2 ਵਜੇ ਦਾ ਵਕਤ ਹੋਏਗਾ। ਮੈਂ ਦਰਵਾਜ਼ੇ 'ਤੇ ਦਸਤਕ ਦਿੱਤੀ, ਦਰਵਾਜ਼ਾ ਮੇਰੀ ਪਤਨੀ ਦੇ ਬਜਾਏ ਨਾਸਿਰ ਨੇ ਖੋਲ੍ਹਿਆ। ਮੈਂ ਸਿੱਧਾ ਆਪਣੇ ਮੇਜ਼ ਵੱਲ ਵਧਿਆ, ਕਿਉਂਕਿ ਆਦਤ ਮੁਤਾਬਕ ਮੈਂ ਆਪਣਾ ਬੈਗ ਰੱਖਣਾ ਸੀ। ਨਾਸਿਰ ਸਾਹਮਣੇ ਮੇਰੇ ਪਲੰਘ 'ਤੇ ਕੰਬਲ ਲੈ ਕੇ ਲੇਟ ਗਿਆ, ਉੱਧਰ ਸੋਫੇ 'ਤੇ ਇੱਜ਼ਤ ਜਹਾਂ ਲੇਟੀ ਸੀ। ਨਾਸਿਰ ਨੇ ਕਿਹਾ, ਬਈ ਮੈਨੂੰ ਬੁਖਾਰ ਹੋ ਰਿਹਾ।
ਮੈਂ ਇੱਜ਼ਤ ਜਹਾਂ ਵੱਲ ਇਸ਼ਾਰਾ ਕਰਕੇ ਪੁੱਛਿਆ, ਅਤੇ ਤੁਸੀਂ? ਇੱਜ਼ਤ ਨੇ ਜਵਾਬ ਦਿੱਤਾ, ਜੀ ਨਹੀਂ, ਮੈਂ ਵੈਸੇ ਹੀ ਲੇਟੀ ਹਾਂ, ਰੁਕਈਆ ਕਿੱਥੇ ਹੈ? ਇੱਜ਼ਤ ਨੇ ਜਵਾਬ ਦਿੱਤਾ, ਦੂਜੇ ਕਮਰੇ 'ਚ ਸੌਂ ਰਹੀ ਹੈ। ਇਹ ਕੀ, ਹਰੇਕ ਸੌਂ ਰਿਹਾ? ਮੈਂ ਆਪਣੀ ਪਤਨੀ ਨੂੰ ਆਵਾਜ਼ ਦਿੱਤੀ, ਰੁਕਈਆ ਰੁਕਈਆ। ਅੰਦਰੋਂ ਨੀਂਦ ਭਰੀ ਆਵਾਜ਼ ਆਈ, ਜੀ ਬਈ ਇੱਧਰ ਆਓ, ਕਦੋਂ ਤੱਕ ਸੁੱਤੇ ਰਹੋਗੇ? ਰੁਕਈਆ ਅੱਖਾਂ ਮਲਦੀ ਮਲਦੀ ਆਈ ਅਤੇ ਇੱਜ਼ਤ ਦੇ ਕੋਲ ਸੋਫੇ 'ਤੇ ਬੈਠ ਗਈ। ਨਾਸਰ ਕੰਬਲ ਲਈ ਲਿਟਿਆ ਰਿਹਾ। ਮੈਂ ਆਪਣੀ ਪਤਨੀ ਦੇ ਕੋਲ ਕੁਰਸੀ 'ਤੇ ਬੈਠ ਗਿਆ। ਥੋੜ੍ਹੀ ਦੇਰ ਗਹਿਰੀ ਨੀਂਦ ਦੇ ਬਾਰੇ ਗੱਲਾਂ ਹੁੰਦੀਆਂ ਰਹੀਆਂ, ਕਿਉਂਕਿ ਰੁਕਈਆ ਹਮੇਸ਼ਾ ਘੋੜੇ ਵੇਚ ਕੇ ਸੌਣ ਦੀ ਆਦੀ ਹੈ। ਇਸ ਤੋਂ ਬਾਅਦ ਇੱਜ਼ਤ ਅਤੇ ਮੇਰੀ ਪਤਨੀ ਦੇ ਦਰਮਿਆਨ ਕਰੋਸ਼ੀਏ ਸਿਲਾਈਆਂ ਦੀਆਂ ਗੱਲਾਂ ਛਿੜ ਗਈਆਂ। ਇਸ ਦੌਰਾਨ ਚਾਹ ਆ ਗਈ। ਨਾਸਰ ਨੇ ਪਏ ਪਏ ਇੱਕ ਪਿਆਲੀ ਪੀ ਲਈ। ਮੈਂ ਬੁਖਾਰ ਦੂਰ ਕਰਨ ਲਈ ਉਹਨੂੰ ਐਸਪਰੋ ਦੀਆਂ ਦੋ ਗੋਲੀਆਂ ਦਿੱਤੀਆਂ, ਜੋ ਉਹਨੇ ਲੈ ਕੇ ਰੱਖ ਲਈਆਂ। ਡੇਢ ਦੋ ਘੰਟੇ ਤੱਕ ਉਹ ਲੋਕ ਬੈਠੇ ਰਹੇ, ਇਸ ਤੋਂ ਬਾਅਦ ਚਲੇ ਗਏ। ਰਾਤ ਨੂੰ ਸੌਣ ਲਈ ਜਦੋਂ ਮੈਂ ਪਲੰਘ 'ਤੇ ਪਿਆ ਤਾਂ ਆਦਤ ਮੁਤਾਬਕ ਮੈਂ ਉੱਪਰ ਦੇ ਤਕੀਏ ਨੂੰ ਦੂਰਾ ਕੀਤਾ। ਕੀ ਵੇਖਦਾ, ਹੇਠਲੇ ਤਕੀਏ ਦਾ ਗਿਲਾਫ ਹੀ ਨਹੀਂ ਹੈ। ਰੁਕਈਆਂ ਨੂੰ, ਜੋ ਮੇਰੇ ਕੋਲ ਖੜ੍ਹੀ ਆਪਣੇ ਕੱਪੜੇ ਤਬਦੀਲ ਕਰ ਰਹੀ ਸੀ, ਮੈਂ ਪੁੱਛਿਆ, ਇਹਦੇ ਉੱਪਰ ਗਿਲਾਫ ਕਿਉਂ ਨਹੀਂ ਚੜਾਇਆ? ਰੁਕਈਆ ਨੇ ਧਿਆਨ ਨਾਲ ਤਕੀਏ ਵੱਲ ਵੇਖਿਆ ਅਤੇ ਹੈਰਤ ਨਾਲ ਕਿਹਾ, ਹੈ ਸੱਚਮੁੱਚ, ਇਹ ਗਿਲਾਫ ਕਿੱਧਰ ਗਾਇਬ ਹੋ ਗਿਆ? ਹਾਂ, ਉਹ ਤੁਹਾਡੇ ਦੋਸਤ, ਮੈਂ ਮੁਸਕਰਾ ਕੇ ਪੁੱਛਿਆ, ਨਾਸਰ ਲੈ ਗਿਆ? ਕੀ ਪਤਾ। ਰੁਕਈਆ ਨੇ ਰੁਕ ਰੁਕ ਕੇ ਕਿਹਾ, ਹਾਏ ਕਿੰਨੀ ਸ਼ਰਮ ਦੀ ਗੱਲ ਹੈ, ਮੈਂ ਅਜੇ ਤੱਕ ਤੁਹਾਨੂੰ ਦੱਸੀ ਨਹੀਂ ਸੀ। ਮੈਂ ਅੰਦਰ ਸੌਂ ਰਹੀ ਸੀ ਅਤੇ ਉਹ ਤੁਹਾਡੇ ਦੋਸਤ ਅਤੇ ਉਹਦੀ ਪਤਨੀ ਲਾਨਤ ਭੇਜੋ, ਬੜੇ ਬਦਤਮੀਜ਼ ਨਿਕਲੇ। ਦੂਜੇ ਦਿਨ ਤਕੀਏ ਦਾ ਗਲਾਫ ਪਲੰਘ ਦੇ ਪਿੱਛੋਂ ਮਿਲਿਆ, ਜਿਹਨੂੰ ਚੂਹਿਆਂ ਅਤੇ ਕਾਕਰੋਚਾਂ ਨੇ ਜਗ੍ਹਾ ਜਗ੍ਹਾ ਤੋਂ ਧੁਣ ਸੁੱਟਿਆ ਸੀ, ਅਤੇ ਐਸਪਰੋ ਦੀਆਂ ਦੋ ਗੋਲੀਆਂ ਜੋ ਮੈਂ ਨਾਸਰ ਨੂੰ ਬੁਖਾਰ ਦੂਰ ਕਰਨ ਲਈ ਦਿੱਤੀਆਂ ਸਨ, ਉਹ ਵੀ ਪਲੰਘ ਦੇ ਹੇਠੋਂ ਮਿਲ ਗਈਆਂ। ਧੰਨਵਾਦ।